ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੜਕ ਬਣਾਉਂਦਿਆਂ ਇੱਥੇ ਮਿਲ ਗਿਆ ਦੱਬਿਆ ਹੋਇਆ ਖਜ਼ਾਨਾ ਫਿਰ ਪੁਲਿਸ ਨੂੰ ਪੈ ਗਈਆਂ ਪਾਜੜਾਂ ਥਾਂ ਥਾਂ ਹੋਰੀਆਂ ਛਾਪੇ ਮਾਰੀ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਸੜਕ ਚੌੜੀ ਕਰਦਿਆਂ ਇੱਥੇ ਦੱਬਿਆ ਹੋਇਆ ਖਜ਼ਾਨਾ ਮਿਲਿਆ ਜਿਸ ਕਰਕੇ ਪੁਲਿਸ ਵੱਲੋਂ ਥਾਂ-ਥਾਂ ਛਾਪੇਮਾਰੀ ਹੋ ਰਹੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਘਟਨਾ ਉੱਤਰ ਪ੍ਰਦੇਸ਼ ਦੇ ਕਨੌਜ ਤੋਂ ਸਾਹਮਣੇ ਆਈ ਹੈ ਬੀਤੇ ਦਿਨੀ ਸ਼ਿਬ ਰਾਉ ਰਾਮੂ ਨੇੜੇ ਜੀਟੀ ਰੋਡ ਨੂੰ ਚੌੜਾ ਕੀਤਾ ਜਾ ਰਿਹਾ ਸੀ ਜਿੱਥੇ ਸੜਕ ਨਾਲ ਚੌੜਾ ਕਰਨ ਵਾਸਤੇ ਜੀਸੀਬੀ ਮਸ਼ੀਨ ਨਾਲ ਮਿੱਟੀ ਦੀ ਖੁਦਾਈ ਕੀਤੀ ਜਾ ਰਹੀ ਸੀ ਉਸ ਸਮੇਂ ਖੁਦਾਈ ਕਰਦੇ ਸਮੇਂ ਇੱਕ ਮਟਕੀ ਬਰਾਮਦ ਹੋਈ ਜਿਸ ਨੂੰ ਜੀਸੀਬੀ ਦਾ ਡਰਾਈਵਰ ਖਜ਼ਾਨਾ ਸਮਝ ਕੇ ਆਪਣੇ ਨਾਲ ਲੈ ਗਿਆ ਤੇ ਜਿਸ ਦੀ ਭਾਲ ਵਿੱਚ ਪੁਲਿਸ ਵੱਲੋਂ 4 ਦਿਨਾਂ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਇਹ ਸਮਝਿਆ ਗਿਆ ਕਿ ਮਟਕੀ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਨਾਲ ਭਰੀ ਹੋਈ ਸੀ ਜਿਸ ਨੂੰ ਜੀਸੀਬੀ ਡਰਾਈਵਰ ਸਮਝ ਕੇ ਨਾਲ ਲੈ ਗਿਆ ਤੇ ਇਥੋਂ ਭੱਜ ਗਿਆ ਸਬੰਧੀ ਪਿੰਡ ਵਾਸੀਆਂ ਵੱਲੋਂ ਪ੍ਰਾਤਨ ਵਿਭਾਗ ਨੂੰ ਵੀ ਜਾਰੀ ਜਾਣਕਾਰੀ ਦਿੱਤੀ ਗਈ ਆ ਉਸ ਜਗ੍ਹਾ ਤੋਂ ਪਿੰਡ ਦੇ ਲੋਕਾਂ ਨੂੰ ਕੁਝ ਧਾਤ ਤੇ ਸਿੱਕੇ ਵੀ ਬਰਾਮਦ ਕੀਤੇ ਹਨ ਉਹਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਆ ਉਸ ਡਰਾਈਵਰ ਦੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਉਸ ਦੀ ਜਾਣਕਾਰੀ ਸ਼ੁਰੂਆਤ ਸਾਂਝੀ ਕੀਤੀ ਗਈ ਉਹਨਾਂ ਤੋਂ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਉੱਥੇ ਆਇਆ ਤਾਂ ਨਹੀਂ ਪਰ ਦੋਸਤੋ ਹੁਣ ਪਤਾ ਤਾਂ ਡਰਾਈਵਰ ਦੇ ਫੜੀਚਣ ਤੋਂ ਬਾਅਦ ਲੱਗੇਗਾ ਜਦੋਂ ਡਰਾਈਵਰ ਫੜਿਆ ਜਾਵੇਗਾ ਫਿਰ ਪਤਾ ਲੱਗ ਜਾਵੇਗਾ ਕਿ ਉਸ ਦੇ ਵਿੱਚ ਕੀ ਸੀ ਕਿ ਵਾਕਈ ਉਸ ਦੇ ਵਿੱਚ ਸੋਨਾ ਚਾਂਦੀ ਗਹਿਣੇ ਸੀ ਜਾਂ ਫਿਰ ਹੋਰ ਹੀ ਕੁਝ ਸੀ ਕਿਉਂਕਿ ਡਰਾਈਵਰ ਹਾਲੀ ਹਾੜੇ ਫਰਾਰ ਨੇ ਸੋ ਜਿੱਦਾਂ ਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣਗੇ ਪੁਲਿਸ ਛਾਪੇਮਾਰੀ ਕਰ ਰਹੀ ਆ ਤੇ ਜਿੱਦਾਂ ਹੀ ਫੜੇ ਜਾਣਗੇ ਫਿਰ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਹਾਨੂੰ